न्यूज चलती पई है बाबा करे भली किसान अंदोलन दियां ते जे मन जांदा बड़ा वधिया हैगा ते ब्रैड आमलेट बना के खाने ऐदां दा सिस्टम ओह देख लो सारा एडा वड्डा प्रोजेक्ट आ इत्थे खड़ा सी मैं कहा चल दिखाउणे आ आ बाई खण इंजन च बंद करना भुल गया ये हैगा छोटा जगाड़ जिहड़ा अपना रीफर हुंदे बंद पता नहीं आ इत्थों हो गया लै वी बंद हो गया मैं कहना बाई जिहड़ा ट्रेलर छड्ड के ओह वैन सारी ओह टेंटर जिहने किराए दे किराए सारी ਸਤਿ ਸ਼੍ਰੀ ਅਕਾਲ ਦੋਸਤੋ ਕੀ ਆ ਹਾਲ ਚਾਲ ਅਤੇ ਉਮੀਦ ਕਰਦੇ ਸਾਰੇ ਰਾਜ਼ੀ ਖੁਸ਼ੀ ਹੋਣਗੇ ਆਪਣੇ ਆਪਣੇ ਘਰਾਂ ਦੇ ਵਿੱਚ ਅਤੇ ਮੈਂ ਤੁਹਾਡਾ ਦੋਸਤ ਕਿੰਦਾ ਸਰੀ ਵਾਲਾ ਅਤੇ ਲੈ ਕੇ ਆਇਆ ਜੀ ਇੱਕ ਹੋਰ ਵੀਡੀਓ ਤੁਹਾਡੇ ਵਾਸਤੇ ਅਤੇ ਕਰਾਂਗੇ ਸਟਾਰਟ ਇੱਥੋਂ ਅਤੇ ਕੱਲ੍ਹ ਰਾਤ ਬਈ ਇਸੇ ਸ਼ਹਿਰ ਆਪਾਂ ਰੁਕੇ ਸੀਗੇ ਅਤੇ ਮਗਰਲਾ ਬਲੌਗ ਇੱਥੇ ਆਪਾਂ ਬੰਦ ਕੀਤਾ ਜੀ ਇੱਥੇ ਬਈ ਆਪਾਂ ਸਟਾਰਟ ਕਰ ਲੈਣਾ ਅਤੇ ਜਿਹੜੇ ਮੇਰੇ ਵੀਰ ਨਵੇਂ ਚੈਨਲ 'ਤੇ ਆਏ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਅਤੇ ਜਿਨ੍ਹਾਂ ਨੇ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਕਰ ਲਓ ਬਾਈ ਜੀ ਸਬਸਕ੍ਰਾਈਬ ਤਾਂ ਕਿ ਤੁਹਾਡੀਆਂ ਵੀਡੀਓ ਵਧੀਆ ਵਧੀਆ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਕਰਦੇ ਹਾਂ ਬਾਈ ਜੀ ਬਲੌਗ ਸਟਾਰਟ ਅਤੇ ਬਣੇ ਰਹੋ ਬਾਈ ਜੀ ਬਲੌਗ ਦੇ ਅਤੇ ਲਓ ਮਿੱਤਰੋ ਹੋ ਗਿਆ ਤੜਕੇ ਦਾ ਟਾਈਮ ਅਤੇ ਹਨੇਰਾ ਹਜੇ ਹੈਗਾ ਬਾਈ ਪੂਰਾ ਦਿਨ ਚਿੱਟਾ ਨਹੀਂ ਹੋਇਆ ਹਲਕਾ ਫੁਲਕਾ ਜਿਹਾ ਚਿੱਟਾ ਹੋਣ ਲੱਗ ਗਿਆ ਅਤੇ ਮੈਨੂੰ ਲੱਗਦਾ ਵੱਧੇ ਇੱਕ ਘੰਟੇ ਤੱਕ ਨਾ ਵਧੀਆ ਦਿਨ ਨਿਕਲ ਆਉਣਾ ਅਤੇ ਮੌਸਮ ਉਹੀ ਗੱਲ ਆ ਵੀ ਸਨੋਅ ਪੈ ਰਹੀ ਆ ਅਤੇ ਰਾਤ ਪਈ ਆ ਸਾਹਮਣੇ ਟਰੱਕ ਖੜ੍ਹਾ ਸੀ ਮੇਰਾ ਵੀਰ ਹੁਣੀ ਨਿਕਲਿਆ 5 ਮਿੰਟ ਪਹਿਲਾਂ ਇਹ ਅਤੇ ਜਿਹੜਾ ਸਾਹਮਣੇ ਵਾਲਾ ਟਰੱਕ ਆ ਉਹ ਵੀ ਨਿਕਲਣ ਲੱਗ ਗਿਆ ਬਸ ਲੋਕ ਲੱਗ ਗਏ ਤੁਰਨ ਬਈ ਕਿਉਂਕਿ ਦਿਨ ਥੋੜ੍ਹਾ ਜਿਹਾ ਨਾ ਹੁਣ ਚੜ੍ਹਨ ਲੱਗ ਗਿਆ ਚਿੱਟਾ ਚਿੱਟਾ ਜਿਹਾ ਥੋੜ੍ਹਾ ਜਿਹਾ ਹੋ ਗਿਆ ਅਤੇ ਆਪਾਂ ਮਾੜਾ ਜਿਹਾ ਸਮਾਨ ਚੱਕਣਾ ਇੱਕ ਆਹ ਪੰਪ 'ਤੇ ਖੜ੍ਹੇ ਸੀਗੇ ਉਹ ਪੰਪ ਤੋਂ ਸਮਾਨ ਲਿਆਉਣਾ ਚੱਕ ਕੇ ਥੋੜ੍ਹਾ ਜਿਹਾ ਅਤੇ ਉਦੋਂ ਨੂੰ ਬੁੱਕ ਆਪਾਂ ਪਾ ਦੇਣੀ ਆ ਔਨ ਡਿਊਟੀ ਵਿੱਚ ਅਤੇ ਫਿਰ ਚੱਲਾਂਗੇ ਬਾਈ ਅੱਗੇ ਅਤੇ ਦਿਨ ਹੈਗਾ ਅੱਜ ਸੋਮਵਾਰ ਅਤੇ ਤਰੀਕ ਹੈਗੀ ਆ ਬਾਈ ਜੀ ਆਪਣੇ ਕੋਲ 13 ਫਰਵਰੀ ਅਤੇ ਇਹ ਬਲੌਗ ਮੈਨੂੰ ਲੱਗਦਾ ਤੁਹਾਡੇ ਤੱਕ ਪਹੁੰਚਦੇ ਪਹੁੰਚਦੇ ਲੱਗ ਹੀ ਜਾਣਾ ਹਫ਼ਤਾ ਖੰਡ ਅਤੇ ਆਪਾਂ ਚੱਕ ਲਈਏ ਸਮਾਨ ਯਾਰ ਅੱਗੇ ਅਤੇ ਫਿਰ ਚੱਲਦੇ ਹਾਂ ਆਪਾਂ ਅਤੇ ਸਨੋਅ ਦੇਖੋ ਜੰਮੀ ਵੀ ਕੱਲ੍ਹ ਰਾਤ ਵੀ ਤੁਹਾਨੂੰ ਦਿਖਾਈ ਸੀਗੀ ਮਗਰਲੇ ਬਲੌਗ ਦੇ ਵਿੱਚ ਅਤੇ ਮੌਸਮ ਖਰਾਬ ਹੀ ਹੈਗਾ ਬਾਕੀ ਹੁਣ ਜਾ ਕੇ ਦੇਖਦੇ ਯਾਰ ਚੱਲਦੇ ਅੰਦਰ ਬਾਈ ਟਰੱਕ ਹੀ ਟਰੱਕ ਖੜ੍ਹਿਆ ਰਾਤ ਯਾਰ ਮੌਸਮ ਨਾ ਖਰਾਬ ਹੋ ਗਿਆ ਸੀਗਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਅਤੇ ਰੋਡ ਨਾ ਸਲਿਪਰੀ ਹੋ ਗਏ ਸੀਗੇ ਤਾਂ ਕਰਕੇ ਸਾਰਿਆਂ ਨੇ ਟਰੱਕ ਟਰੁੱਕ ਬਾਈ ਇੱਥੇ ਕੱਢ ਲਿਆ ਅਤੇ ਤੇਲ ਇੱਥੇ ਲੱਗਿਆ ਹੈਗਾ $61 ਨੂੰ ਹੈ ਆਪਾਂ ਇੱਥੇ ਜਾਣਾ ਯਾਰ ਬੈਂਡਸ਼ੀਲ ਬਾਸ਼ਰ ਲਿਆਉਣਾ ਚੱਕ ਕੇ ਆਪਾਂ ਅਤੇ ਪੰਪ ਪੁੰਪ ਤਾਂ ਇਹ ਖਾਲੀ ਪਿਆ ਕਿਉਂਕਿ ਅਰਲੀ ਦਾ ਟਾਈਮ ਆ ਅਤੇ ਲਾਟਰੀ ਦੇਖੋ ਬਾਈ ਕਹਿੰਦੇ ਹੁੰਦੇ ਲੋਟੋ ਮੈਕਸ ਮੇਰੀ ਨਿਕਲਿਆ ਵੇ $60 ਮਿਲੀਅਨ ਯਾਨੀ $60 ਲੱਖ ਆਹ ਚੱਕਣਾ ਆਪਾਂ ਖੁੱਲ੍ਹਾ ਕੇ ਬੰਦ ਆ ਸਿਆਲਾਂ ਦੇ ਵਿੱਚ ਨਾ ਇਹ ਤੋਂ ਬਿਨਾਂ ਨਹੀਂ ਬਾਈ ਸਰਦਾ ਇਹ ਤਾਂ ਆਪਾਂ ਐਕਸਟਰਾ ਲੈ ਕੇ ਨਾ ਵੱਧ ਰੱਖ ਲਈਦਾ ਕਿਉਂਕਿ ਸ਼ੀਸ਼ਿਆਂ ਵਾਸਤੇ ਤਾਂ ਉਹ ਤਾਂ ਸਾਫ਼ ਕਰਨ ਦੇ ਕੰਮ ਇਹ ਆਉਂਦੇ ਹੀ ਆ ਜੇ ਬਾਈ ਟਰੱਕ ਤੁਹਾਡਾ ਸਟੱਕ ਹੋ ਗਿਆ ਨਾ ਸਨੋਅ ਦੇ ਵਿੱਚ ਤਾਂ ਇਹਦੀ ਬਹੁਤ ਲੋੜ ਪੈਂਦੀ ਆ ਫਿਰ ਟਰੱਕ ਦੇ ਟਾਇਰਾਂ ਮੂਹਰੇ ਸੁੱਟ ਦਿਓ ਜਿਹੜੀ ਸਨੋਅ ਆ ਉਹ ਪਿਘਲ ਜਾਣੀ ਆ ਅਤੇ ਟਰੱਕ ਆਪਣਾ ਨਿਕਲ ਆਉਣਾ ਪਰ ਜੇ ਥੋੜ੍ਹੀ ਬਹੁਤੀ ਸਨੋਅ ਬਾਹਲੀ ਨਹੀਂ ਜਿੱਦਾਂ ਥੱਲੇ ਬਲੈਕ ਆਈਸ ਬਣੀ ਵੀ ਹੈ ਨਾ ਟਾਇਰ ਆਪਣੇ ਘੁੰਮੀ ਜਾਂਦੇ ਆ ਇੱਕ ਥਾਂ ਖੜ੍ਹੇ ਸਪੈਨ ਮਾਰੀ ਜਾਂਦੇ ਆ ਅਤੇ ਮਾੜਾ ਜਿਹਾ ਸੁੱਟ ਦਿਓ ਮੂਹਰੇ ਅਤੇ ਇਹ ਸਨੋਅ ਨੂੰ ਮੈਲਟ ਕਰ ਦਿੰਦਾ ਅਤੇ ਨਾਲ ਦੀ ਨਾਲ ਬਈ ਆਪਣਾ ਟਰੱਕ ਬਾਹਰ ਆ ਜਾਣਾ ਤਾਂ ਕਰਕੇ ਨਾ ਐਕਸਟਰਾ ਰੱਖਣਾ ਪੈਂਦਾ ਏ ਕੇਰਾ ਮੇਰੇ ਨੇ ਇੱਕ ਵਾਰੀ ਆਏ ਹੋਈ ਸਨੋਅ ਪੈਣ ਲੱਗ ਗਈ ਬਹੁਤ ਜ਼ਿਆਦਾ ਬਾਈ ਚੱਲਿਆ ਘੁੰਮਣ ਫਿਰਨ ਵਾਲਾ ਸਨੋਅ ਪੈ ਗਈ ਬਹੁਤ ਵਾਰ ਵਾਹਵਾ ਵਾਹਵਾ ਅਤੇ ਮੈਂ ਉਹੋ ਜਿਹੇ ਰਾਹ 'ਤੇ ਗਿਆ ਸੀ ਵੀ ਪੰਪ ਪੁੰਪ ਰਾਹ 'ਚ ਆਇਆ ਨਹੀਂ ਅਤੇ ਉੱਧਰੋਂ ਮੇਰਾ ਮੁੱਕ ਗਿਆ ਅਤੇ ਮੂਹਰੇ ਹੁਣ ਸ਼ੀਸ਼ੇ ਖਰਾਬ ਹੁੰਦੇ ਸੀਗੇ ਵਾਰ ਵਾਰ ਪਾਣੀ ਛੱਡ ਕੇ ਸ਼ੀਸ਼ੇ ਸਾਫ਼ ਕਰਨੇ ਪੈਂਦੇ ਆ ਫਿਰ ਕੁਦਰਤੀ ਮੈਨੂੰ ਪੰਪ ਆ ਗਿਆ ਉਦੋਂ ਬਾਅਦ ਆਪਾਂ ਰੂਲ ਹੀ ਬਣਾ ਲਿਆ ਹੁਣ ਮੇਰੇ ਆਹ ਤਾਂ ਚਲੋ ਚਾਰ ਆਪਾਂ ਚੱਕੇ ਹੀ ਚੱਕੇ ਆ ਹੈ ਨਾ ਚਾਰ ਕਹਿੰਦੀਆਂ ਮੇਰੀਆਂ ਵੈਂਟਰ ਦੇ ਵਿੱਚ ਅੱਡ ਤੋਂ ਪਾਸੇ ਲੁਕੋ ਕੇ ਰੱਖੀਆਂ ਉਹ ਵਰਤਣਗੇ ਨਹੀਂ ਸਾਰੇ ਸਿਆਲ ਜਦੋਂ ਸਿਆਲ ਲੰਘ ਗਿਆ ਨੇੜ ਜੇ ਆ ਗਿਆ ਫੇਰ ਵਰਤਾਂਗੇ ਆਪਾਂ ਅਤੇ ਤਾਂ ਕਰਕੇ ਆ ਲਾਈਟਾਂ ਲੂਟਾਂ ਯਾਰ ਸਾਰੀਆਂ ਕਵਰ ਹੋਈਆਂ ਪਈਆਂ ਰਾਤ ਸਨੋਅ ਪਈ ਆ ਇੰਜਨ ਗਰਮ ਹੋ ਗਿਆ ਨਾ ਹੁਣ ਸਨੋਅ ਜਾ ਕੇ ਖੁੱਲ੍ਹੀ ਆ ਥੋੜ੍ਹੀ ਥੋੜ੍ਹੀ ਸਾਰਾ ਭਰਿਆ ਗਿਆ ਚਲੋ ਮਿੱਤਰੋ ਪਾਈਏ ਚਾਲੇ ਹੁਣ
देखते हैं गांह की हाल है मौसम का। लो भी मित्रों लै पा दिए यार चाले दिन भी चढ़िया चिट्टा चिट्टा जहा हो गया तो चल गए आप हूँ तो बाकी मौसम देखते अगे की हालात है आवाज आई है रेडियो तो थोड़ा जहा टोटा कहें बाकी हजे गांह जाके पता लगेगा कि है जिन्ना जिन्ना दिया स्लीपां पै गई तो उमें उमें सारे बई जान लग गए तो अपनी बई स्लीप हो गई है कंप्लीट तो करके फिर आप भी चाले पा लगे गांह तो मुड़ के आना इतों बजना नहीं इतों गल बानी नहीं हैगी उतों घूमने आना गांह लै भी फिर चलिए बई स्लैप मारता जो खड़ गया ना ट्रक खड़ गया एक थान जिते बस उ खड़ जाता जरा हूँ भी स्लैप मार के तुर मौसम इन्ना खराब होया पे ये पतंदर स्नोह के बचना ही नज़ारे लेने फिर ट्रैकिंग ट्रेलों से चढ़न चले हूँ ये इन्ना दी वेरा अलग तुन गई पतंदर की हरेक बंदे अड्डो अड्डा डेकोरेशन करके डिलीवरी आलिया कार आलिया थोड़ा जा कर ली पिछे ट्रक चाढ़ के मोड़ना बत्ती भी लाल हो गई मूहरे हूं आप थोड़ा टाइम लगेगा मुड़न जे हरी होगी तो चल मूहरे ना कुछ आवे तो मुड़ के अपना ट्रक चढ़ के मुड़ जाना नहीं पै जाना बी पंगा हरी हजे का टाइम लग गई हजे तो इधरले पासे हरी हुई भी है लै भी भाई बत्ती भी हरी होगी तो मूहरे भी गड्डी आँदी है इन लंघ ही रह दी फिर मूड गोरिया का शहर है भी बड़ा सोहना शहर है यार पहाड़ों के बच्चे ना बसया होया वा सज्जे पासे बैंक दे स्कॉशिया बैंक ना जिन्ने भाई स्टूडेंट आते सारे का खाता ये बैंक के बनता स्कॉशिया 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 बैंक वो बैंक आ जिन्होंने बाइया ने जी आई सी भराई होनी या होर उन्होंने पता होना जिन्होंने स्टूडेंट वीजा ला के आए तो जिन्होंने अपने घर वाले भैन इधर भेजिया है ना स्कॉशिया बैंक के ज़्यादातर स्टूडेंटा का खाता होंगे ते अपनी लोकेशन हैगी सामने आ जंप बड़ा बड़ा बनाया वा ड्राइव थ्रू एम एम बू ए एम बी पता नहीं कहदी एंट्रेंस है मैं कहना स्टोर वाले ही बंद पिया हजे चल कोई ना अद्धा घंटा ब्रेक कट लाँगे होर की है फिर इतने लंघ जाओ जी लंघ जाओ तुरन वाले पहल अभी तो रुक के भी आ जाएंगे तो ला दिए बई ट्रक यार फोन करके देने बंदे आए कि नहीं आए है पहाड़ देखो यार किन्ने सोहने पहाड़ों के बच्चे शहर बसया वा सारा ही ट्रक कर दिए आप पार्क तो फिर देखते
लावे डिलीवरी कर देंगे। लाइटा लूटा जरा सारिया भरिया पाइया देखो स्नो दा करके ना तो साफ करके डोर खोलिए नाले नंबर प्लेट साफ कर दिए नाले लाइटा कर दिए आप डिलीवरी कर दिए फिर चलते हैं। मित्रा पाइए चाले तो थोड़ा जहा चक्कर पै गया से यार आ कि ले जाना फटे लद्दी जाना पार्क लैफ्ट दे किधर नू जाना भाई किधर नू जाना। अच्छा लोडिंग करता भाई छोटे ट्रक दे लद दे भाई लद दे कोई ना कर लेने वेट अभी फटे लादा मैं कहना भाई ने किसी पास भेजने होने गोरा ओ देखो फॉर्क लैफ्ट के मगरले पास सिलेंडर टंगा सिलेंडर तो चलती है यार तेल तूल तो नहीं चलती है सिलेंडर भर के देखो पिछे रखा कटाई बहुत होंगी यार थां की घूम जाती है भाई हम लंघ लेने माड़ी बुक खराब हो जाती है। तो आप गल करते भाई पंगा ये पै गया से मैं कल संडे तो रहा जेडे स्टोर वाले ना इन्होंने टाइम चेंज करता कहते मंडे बंद होंगे तो मेरी अब सारी दिहाड़ी मैं इतने खड़ना पैना सी पर बचा ये हो गया मालक का अपने को नंबर से आपको कॉल कर ली इधर ही आया वैसे ग्रोसरी कर इतने नाल ही स्टोर रहेंगे कहना मैं इतने आया हुआ कहना फिर तो मैं लै लेना समान थोड़े जो मैं चल भरावो तेरा भला हो नहीं तो सारी दिहाड़ी अब इतने गुल हो जानी सी कल तुरे का कोई फायदा नहीं होना सीगा कई बार रब नेड़े हो गए सुन लेंदा तो चलो अपनी डिलीवरी रह गई हूँ आप कैलगरी जाना कैलगरी तो थोड़ा समान चकना चक के फिर भाई बिनी बैग नवे रवाना किधर यार भीड़ भड़कने तक फसा था हम चलिया आप कैलगरी रह गया यार अपन घंटा के बाद सवा के घंटा मन के चलो सवा के घंटे की बाट रहेगी अपन कैलगरी who I am I'm making a new plan rearranging my life and I won't look back ever again you ain't see me activated you better hope that you never see me agitated I think about my actions plan them out evaluated that's how I end up on the top man I'm ते लो जी कर गए एंटर आप कैलगरी शहर तो कैलगरी की बई फिरनी तो फिरते हैं समझ लो पिंड के आले दुआले की फिरनी नहीं घूमती होंगी उदा ही आप कैलगरी की फिरनी तो फिरते हैं तो इतने लैट लूट नहीं पैंती है आपकी 100 का स्पीड का रोड हैगा तो आपका शहर तो एक पास्यों दूजे पासे जानू मिनटों मिनट ही बंदा पहुँच जाता तो जे बच्चे आप लोकल सड़क ही हैं तो पै जाने फिर टाइम बड़ा लगता है तो सारी कैलगरी के आले दुआले ना फिरनी घूमती है ये आप समझ लो फिरते एक हिसाब ना तो मौसम देख लो कैलगरी का रहती है कैलगरी भी नहीं स्नो पई सुक्का पिया कैलगरी भी अगे तो स्नो देखने वाली होंगी बहुत ज़्यादा स्नो पई होंगी देखो माड़ी जिनी क पै जाती है उन्नी क खुड़ जाती है नाल दी नाल पर यह जरूर हैगा कि बीसी के मुकाबले हरियाली घट आप ये कह सकते हैं क्योंकि यार बीसी में तो पहाड़ी एरिया करके ना स्नो माड़ा मोटा मीह पैंता रहा होर हरियाली वाली है उत्थे तो जिहड़े बंदे बीसी तो इधर नूं आउंदे आ रहिण नूं उहनां नूं किराए लगता कहते यार सुन्ना सुन्ना जिहा लगता पजाड़ जिहा लगता पर हरेक एरिए दी भी अपनी अपनी खूबसूरती हुंदी है ना किते भी आपां आउंदे आ पीरां तां आपां नूं नवें नूं एडजस्टमेंट करनी लगदी आ उखी फिर बंदा ओह जिहा हो जांदा है फिर उही चीज़ां सोहणियां लगन लग जांदियां है ना जिद्दां आपां कहिंगे सरी विच ट्रैफिक वाला हैगा इत्थे थोड़ा जिहा ट्रैफिक घट आ ते खुल्ला हैगा इह सड़कां खुल्लियां हैगियां इदा हरेक एरिए कह लो भी अपनी अपनी बेनीफिट आते अपने अपने नुकसान कह सकते आप इतों चकनी है शिपमेंट एक चलते हैं पर आप भाई बेनीफिट ब्लॉक भी मतलब समान चक ले आ भाई सज्जे पास ट्रेलर खड़ा जेडे बई अपने ब्लॉक देंगे अगे अपना कंपनी का ट्रेलर हुक किया कमेंट करके दसो ये लोड कहदा सी एक बार आप हुक किया अपना थंबनेल भी इस ट्रेलर की फोटो ना लग्या हो लै भी सज्जनों समान आप थोड़ा चकना इतों तो देखते हैं जो बंदे आ गए हुए तो अपने माड़ा कॉल करके पुछते की कहते हैं। लै भी मित्रों ये खड़ा अपना ट्रक तो सूँ एक हादसे वाली गल दसदा कई बार इदा भी हो जाता है ना आ बाइया के समान सुक्का ही आता जिदा आप कह लो फर्नीचर ही होंगे बच्चे ना आ नहीं पता हीट वाला कि वह तो हाथ ला कहते भी ठंडा हो समान
ਕੀ ਹਾਲ ਆ ਬਾਈ ਕਿਵੇਂ ਆ ਚੱਕਣੇ ਹੈ ਆਪਣਾ ਤੇ ਆ ਬਾਈ ਘੰਟੇ ਇੰਜਨ ਚ ਬੰਦ ਕਰਨਾ ਭੁੱਲ ਗਿਆ ਇਹ ਹੈਗਾ ਛੋਟਾ ਜਗਾੜ ਜਿਹੜਾ ਆਪਣਾ ਰੀਫਰ ਹੁੰਦੇ ਬੰਦ ਪਤਾ ਨਹੀਂ ਆਹ ਇੱਥੋਂ ਹੋ ਗਿਆ ਲੈ ਵੀ ਬੰਦ ਹੋ ਗਿਆ ਮੈਂ ਕਹਿੰਦਾ ਬਾਈ ਜਿਹੜਾ ਟ੍ਰੇਲਰ ਛੱਡ ਕੇ ਗਿਆ ਉਹ ਮੈਂ ਕਹਿੰਦਾ ਭੁੱਲ ਗਿਆ ਬੰਦ ਕਰਨਾ ਉਹ ਸਮਾਨ ਸਾਰਾ ਮਗਰ ਇਹਦਾ ਠੰਡਾ ਹੋਇਆ ਪਿਆ ਕਹਿੰਦੇ ਸਾਡਾ ਸਮਾਨ ਠੰਡਾ ਇੰਨਾ ਕਿਵੇਂ ਹੋਊਗਾ ਕਹਿੰਦੇ ਅੱਜ ਤਾਂ ਧੁੱਪ ਵੀ ਨਿਕਲੀ ਆ ਉਹ ਮੈਂ ਕਿਹਾ ਭਰਾਵਾ ਤੁਹਾਡਾ ਚੱਲੀ ਜਾਂਦਾ ਇੰਜਣ ਜਾਂ ਉਹ ਮੈਂ ਕਹਿੰਦਾ ਉਹਨੇ ਠੰਡਾ ਕਰਤਾ ਹੁਣ ਕਹਿੰਦੇ ਯਾਰ ਬੰਦ ਕਰਕੇ ਉਹਨੂੰ ਹੁਣ ਤਾਂ ਕਰਕੇ ਮੈਂ ਬੰਦ ਕਰਨ ਆਇਆ ਸੀ ਹੁਣ ਸਮਾਨ ਇਹਨਾਂ ਨੇ ਬੰਦ ਕੀਤਾ ਪਿੱਛੋਂ ਠੰਡਾ ਹੋ ਗਿਆ ਬਣਦੇ ਨਾ ਪਾਪੜੀ ਲੈਂਦੇ ਨਾ ਇੰਨਾ ਹਾਲਾਤ ਮਾੜੇ ਹੋ ਜਾਂਦੇ ਸਨੋਹ ਦੇ ਵਿੱਚ ਚਾਹੇ ਧੁੱਪ ਆ ਪਰ ਟੈਂਪਰੇਚਰ ਮਾਈਨਸ ਵਿੱਚ ਹੈਗਾ ਫਿਰ ਵੀ ਤਾਂ ਕਰਕੇ ਠੰਡ ਬਹੁਤ ਆ ਅਤੇ ਚੱਲ ਗਏ ਮਾੜਾ ਜਿਹਾ ਸਮਾਨ ਆਪਾਂ ਕਰਨਾ ਸੈਟਿੰਗ ਮੈਟਿੰਗ ਅਤੇ ਮੁੜ ਕੇ ਫਿਰ ਚੱਲਦੇ ਆਪਾਂ ਬਣੀ ਪੈਗ ਨੂੰ ਪਿਆਣਾ ਬਈ ਕੁਰਸੀਆਂ ਕੁਰਸੀਆਂ ਸੋਹਣੀਆਂ ਸੋਹਣੀਆਂ ਕੁਰਸੀਆਂ ਡੈਮੇਜ ਡੂਮੇਜ ਪੀਸ ਹੋਏ ਪਿਆ ਤਾਂ ਕਰਕੇ ਨਾ ਪਾਸੇ ਕੱਢੀਆਂ ਹੋਈਆਂ ਸੋਹਣੀਆਂ ਸੋਹਣੀਆਂ ਸ਼ੇਰ ਦਾ ਮੂੰਹ ਲਾ ਯਾਰ ਬੜਾ ਸੋਹਣਾ ਲੱਗਦਾ ਅਤੇ ਡਿਲੀਵਰੀ ਬਾਈ ਆਪਣੀ ਲੱਦੀ ਗਈ ਆ ਅਤੇ ਹੁਣ ਦੇਖਦੇ ਹਾਂ ਚੱਲਦੇ ਹਾਂ ਅੱਗੇ ਥੋੜ੍ਹਾ ਜਿਹਾ ਸਮਾਨ ਲੈ ਕੇ ਮੁੰਡੇ ਲੱਦੀ ਜਾਂਦੇ ਆ ਚੱਕ ਲਿਆ ਬਾਈ ਕਹਿੰਦੇ ਬੱਸ ਵਾਲਾ ਚੱਕ ਲਿਆ ਪੁਲਿਸ ਵਾਲੇ ਨੇ ਪ੍ਰਾਈਵੇਟ ਗੱਡੀ ਆ ਮਿੱਤਰੋ ਦੇਖੋ ਜਮੀ ਕੋਲੇ ਆ ਕੇ ਪਤਾ ਲੱਗਦਾ ਵੀ ਜਦੋਂ ਬੱਤੀਆਂ ਜਿਹੀਆਂ ਛੱਡਦੇ ਨਾ ਫਿਰ ਪਤਾ ਲਾ ਪੁਲਿਸ ਵਾਲੀ ਗੱਡੀ ਆ ਕਾਲੇ ਰੰਗ ਦੀ ਅਤੇ ਬਾਈ ਨੂੰ ਦਊਗਾ ਹੁਣ ਟਿਕਟ ਅਤੇ ਬਾਈ ਠੰਡਾ ਜਿਹਾ ਹੋਇਆ ਖੜਾ ਸਾਈਡ 'ਤੇ ਜਮੀ ਪ੍ਰਾਈਵੇਟ ਗੱਡੀ ਹੈ ਇਹਨਾਂ ਨੇ ਟਾਇਰਾਂ ਦੇ ਲਵਾਏ ਦੇਖਿਓ ਪੌਜ਼ ਕਰਕੇ ਵੀਡੀਓ ਅਤੇ ਲੋਹੇ ਦੇ ਪਾਏ ਹੁੰਦੇ ਉੱਥੋਂ ਪਤਾ ਲੱਗ ਜਾਂਦਾ ਵੀ ਆਹ ਸਾਹਮਣੇ ਆਹ ਲਾਲ ਲਾਲ ਲੱਗੇ ਨਾ ਵੀ ਏਅਰਪੋਰਟ ਇੱਥੋਂ ਦੀ ਉੱਤੋਂ ਜਮਾਂ ਜਹਾਜ਼ ਉੱਤਰਦਾ ਸੱਜੇ ਪਾਸੇ ਏਅਰਪੋਰਟ ਆਹ ਜਿਹੜਾ ਲੱਗੇ ਨਹੀਂ ਆਹ ਲਾਲ ਜੇ ਲਾਈਟਾਂ ਜਗਦੀਆਂ ਹੁੰਦੀਆਂ ਇਹਦੇ ਉੱਤੇ ਜਹਾਜ਼ ਨੂੰ ਡਾਇਰੈਕਸ਼ਨ ਦੇਣ ਵਾਸਤੇ ਜਮਾਂ ਉੱਤੋਂ ਹੀ ਜਹਾਜ਼ ਆਉਂਦਾ ਇਹਦੇ ਅਤੇ ਕੈਲਗਰੀ 'ਚੋਂ ਬਾਈ ਚੱਲਿਆ ਹੁਣ ਆਪਾਂ ਬਾਹਰਲੇ ਪਾਸੇ ਨੂੰ ਅਤੇ ਚੱਲਿਆ ਵਿਨੀਪੈਗ ਵਾਲੀ ਸਾਈਡ ਅਤੇ ਡਿਲੀਵਰੀ ਜਿਹੜੀ ਚੱਕੀ ਇਹਦਾ ਹੁਣ ਮਸਲਾ ਥੋੜ੍ਹਾ ਜਿਹਾ ਆਏ ਬਣਿਆ ਕਸਟਮਰ ਕਹਿੰਦਾ ਮੈਂ ਪੰਪ 'ਤੇ ਡਿਲੀਵਰੀ ਲੈਣੀ ਨਹੀਂ ਹੈਗੀ ਹੁਣ ਦੇਖਦੇ ਹਾਂ ਇਹਦਾ ਕੀ ਬਣਦਾ ਹੈਗਾ ਕਸਟਮਰ ਦਾ ਹੁਣ ਪਰਸੋਂ ਨੂੰ ਪਤਾ ਲੱਗੇਗਾ ਬਾਈ ਪਰਸੋਂ ਨੂੰ ਕੀ ਬਣਦਾ ਬਾਈ ਚੈੱਕ ਕੀਤਾ ਖੁੱਲ੍ਹੇ ਖੁੱਲ੍ਹੇ ਰੋਡ ਅਤੇ ਖੁੱਲ੍ਹੀਆਂ ਖੁੱਲ੍ਹੀਆਂ ਕਹਿੰਦੇ ਪੈਲੀਆਂ ਇਕੱਠੇ ਇਕੱਠੇ ਟਾਕਾ ਬਾਈ ਇਹਨਾਂ ਕੋਲ ਅਲਵਾਟਾ ਵਾਲਿਆਂ ਕੋਲ ਅਤੇ ਦੂਹਾ ਆਪਾਂ ਸਕੈਚੂਆਂ 'ਚ ਵੜ ਜਾਣਾ ਅਤੇ ਫਿਰ ਵੜ ਜਾਣਾ ਮਨੀ ਡੋਬਾ ਚਾਰ ਤਿੰਨ ਆਪਾਂ ਕਰੋਸ ਕਰ ਜਾਣੇ ਹਾਂ ਅਤੇ ਸਾਹਮਣੇ ਦੇਖੋ ਢੋਲ ਕਣ ਕੁਣਕ ਪਾ ਕੇ ਬਾਈ ਇਹਨਾਂ ਦੀ ਰੱਖੀ ਵੀ ਐਨ ਜਿਹੜਾ ਖੁੱਲ੍ਹਾ ਏਰੀਆ ਹੈਗਾ ਅਤੇ ਜਿੱਥੇ ਆਪਾਂ ਨੂੰ ਸਪੋਟ ਜਿਹਾ ਮਿਲਿਆ ਨਾ ਅਤੇ ਫਿਰ ਤੁਹਾਨੂੰ ਡਰੋਨ ਸ਼ੋਟ ਕਰਕੇ ਦਿਖਾਉਂਦੇ ਹਾਂ ਕੀ ਹਿਸਾਬ ਕਿਤਾਬ ਹੈਗਾ ਜੀ ਏਰੀਆ ਬਹੁਤ ਖੁੱਲ੍ਹਾ ਹੈਗਾ ਸਾਰੀ ਇੱਥੇ ਬਈ ਜ਼ਿਆਦਾਤਰ ਕਣਕ ਅਤੇ ਸਰੋਂ ਦੋ ਚੀਜ਼ਾਂ ਜ਼ਿਆਦਾ ਬੀਜਦੇ ਆ ਅਤੇ ਆ ਬਸ ਮੂਹਰੇ ਦਿਨ ਜੇ ਖੁੱਲ੍ਹਣ ਲੱਗ ਜਾਣਾ ਧੁੱਪਾਂ ਧਾਪਾਂ ਜੀਆਂ ਲੱਗ ਜਾਣਾ ਜਦੋਂ ਅਤੇ ਸਨੋਹ ਸੁਨਾਹ ਜੀ ਖੁਰ ਜਾਣੀ ਆ ਅਤੇ ਮੁੜ ਕੇ ਅਤੇ ਫਿਰ ਬਈ ਇੱਥੇ ਤੁਹਾਨੂੰ ਹਰੇ ਵਾਗ ਵੀ ਦਿਖਦੀਆਂ ਹੁਣ ਮੱਚਿਆਂ ਮੱਚਿਆਂ ਲੱਗਦਾ ਨਾ ਕਣਕ ਵੱਢੀ ਵੀ ਆ ਅਤੇ ਥੱਲੇ ਉਹਦੇ ਜਿਵੇਂ ਆਪਾਂ ਕਹਿ ਲਈਏ ਟਾਂਗਰ ਵੀ ਕਹਿ ਦਿੰਦੇ ਆ ਲਾਹਣ ਜਾਓ ਖੜਾ ਇਹ ਪੁੱਟ ਪੁੱਟ ਕੇ ਦਾ ਅਤੇ ਮੁੜ ਕੇ ਇਦੂ ਬਾਅਦ ਇਹਨਾਂ ਦੀ ਬਸ ਬੀਜ ਵੱਜ ਗਿਆ ਸਟਾਰਟ ਹੋਣ ਲੱਗਿਆ ਵਾ ਮਹੀਨੇ ਡੇਢ ਕੁ ਮਹੀਨੇ 'ਤੇ ਕੰਮ ਚੱਲ ਪੈਣਾ ਇਹਨਾਂ ਦਾ ਲਓ ਵੀ ਮਿੱਤਰੋ ਚਾਹ ਬਣਾ ਲਈਏ ਅਤੇ ਨਾਲ ਬਣਾ ਲਈਏ ਬਈ ਆਪਾਂ ਬ੍ਰੇਕ ਕੱਢੀਏ ਅਤੇ ਨਾਲ ਪੰਜਾਬ ਦੀਆਂ ਨਿਊਜ਼ ਚੱਲਦੀ ਪਈ ਆ ਬਾਬਾ ਕਰੇ ਭਲੀ ਕਿਸਾਨ ਅੰਦੋਲਨ ਦੀਆਂ ਅਤੇ ਜੇ ਮੰਨ ਜਾਂਦਾ ਬਾਹਲਾ ਵਧੀਆ ਹੈਗਾ ਅਤੇ ਬ੍ਰੈਡਾਂ ਆਮਲੇਟ ਬਣਾ ਕੇ ਖਾਂਦੇ ਹਾਂ ਅਤੇ ਨਾਲੇ ਸੁਣਦੇ ਹਾਂ ਬਈ ਪੰਜਾਬ ਦੀ ਨਿਊਜ਼ ਕਿਉਂਕਿ ਨੈੱਟ ਨੁੱਟ ਦਾ ਬੰਦ ਕੀਤਾ ਅਤੇ ਆਹ ਤਾਂ ਕੰਮ ਹੀ ਬਹੁਤ ਉਹਨਾਂ ਨੇ ਕਰੜਾ ਕਰੀ ਬੈਠੇ ਅਤੇ ਬਾਕੀ ਕਿਸਾਨ ਵੀ ਬਈ ਤਿਆਰੀ ਖਿੱਚੀ ਬੈਠੇ ਆ ਦੇਖਦੇ ਹਾਂ ਬਾਬਾ ਰੱਖੇ ਸੁੱਖ ਅਤੇ ਬਿਨਾਂ ਰੌਲੇ ਰੱਪੇ ਤੋਂ ਨਿਬੜ ਜਾ ਰਿਹਾ ਸੱਟੋਂ ਫਿੱਟੋਂ ਬਚ ਕੇ ਦਿਵਾਲੀ ਇੱਕ ਬਾਲਾ ਹੋਰ ਲੈ ਵੀ ਬ੍ਰੇਕ ਆਪਾਂ ਪਾ ਦੀ ਅਤੇ ਚਾਹ ਪਾਣੀ ਵਗੈਰਾ ਬਣਾ ਲਿਆ ਆਪਾਂ ਟਾਈਮ ਸੀ ਖੁੱਲ੍ਹਾ ਹਵਾ ਬੜੀ ਚੱਲਦੀ ਯਾਰ ਕਿਉਂਕਿ ਖੁੱਲ੍ਹਾ ਏਰੀਆ ਨਾ ਤਾਂ ਕਰਕੇ ਹਵਾ ਬਹੁਤ ਤੇਜ਼ ਚੱਲਦੀ ਆ ਅਤੇ ਪਿੱਛੇ ਬਈ ਸਾਰੇ ਜਿਹੜੇ ਖੇਤ ਹੈਗੇ ਨਾ ਸਾਰੇ ਕਣਕ ਦੇ ਖੇਤ ਆ ਗਈ ਜੋ ਮੈਂ ਹੈਗਾ ਯਾਰ
ਜਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਉੱਠਣਾ ਹਵਾ ਬਹੁਤ ਤੇਜ਼ ਚੱਲੀ ਜਾਂਦੀ ਹੈ ਆਹ ਸਾਰੇ ਜਿਹੜੇ ਸਾਰੇ ਕਣਕ ਦੇ ਆ ਯਾਰ ਹਵਾ ਬੜੀ ਤੇਜ਼ ਚੱਲਦੀ ਹੈ ਮੈਂ ਤਾਂ ਕੋਟੀ ਪਾਈ ਤੋਂ ਪਿੰਡ ਉੱਤਰ ਆਇਆ ਕਿਉਂਕਿ ਖੁੱਲ੍ਹਾ ਏਰੀਆ ਵਾਲਾ ਨਾ ਧੱਕਾ ਮਾਰਦੀ ਉਹੀ ਹਵਾ ਤਾਂ ਕਰਕੇ ਥੱਲੇ ਉੱਤਰ ਕੇ ਪਤਾ ਲੱਗਦਾ ਯਾਰ ਚੀਜ਼ਾਂ ਕਿੰਨੀਆਂ ਤੇਜ਼ ਆਉਂਦੀਆਂ ਵਿੱਚ ਵਿੱਚ ਉਹ ਸਾਹਮਣੇ ਦੇਖ ਢੋਲ ਲਾਏ ਕਣਕ ਪਾਉਣ ਵਾਲੇ ਨਾ ਛੋਟੇ ਜ਼ਿਮੀਂਦਾਰਾਂ ਦੇ ਛੋਟੇ ਬਾਕੀ ਬਾਈ ਜੀ ਤੁਹਾਡਾ ਗਿਆਨ 'ਚ ਹੋਰ ਵਾਧਾ ਕਰਦੇ ਹਾਂ ਅਤੇ ਜਿਹੜੇ ਆਪਣੇ ਤਾਂ ਪੁਰਾਣੇ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਆ ਪਹਿਲਾਂ ਵੀ ਦੱਸਿਆ ਏ ਜਿੱਦਾਂ ਮੈਂ ਅਲਵਾਟਾ ਏਰੀਆ ਦੇ ਵਿੱਚ ਫਿਰਦਾ ਨਾ ਏਰੀਆ ਬਹੁਤ ਜ਼ਿਆਦਾ ਖੁੱਲ੍ਹਾ ਬਈ ਕਣਕ ਹੁੰਦੀ ਆ ਅਤੇ ਜ਼ਿਆਦਾਤਰ ਸਰੋਂ ਖੱਬੇ ਪਾਸੇ ਦੇਖੋ ਦੋ ਟ੍ਰੇਲਰ ਹੱਕ ਕੀਤੇ ਨਾ ਇਹ ਇਹੋ ਜਿਹੇ ਖੁੱਲ੍ਹੇ ਰੋਡਾਂ 'ਤੇ ਚੱਲਦੇ ਆ ਆਪਾਂ ਆਉਂਦੇ ਹਾਂ ਬੀ ਸੀ ਦੇ ਵਿੱਚੋਂ ਉੱਥੇ ਪਹਾੜੀ ਏਰੀਆ ਉੱਥੇ ਇਕੱਲਾ ਸਿੰਗਲ ਚੱਲਦਾ ਏ ਜਾਂ ਬਿਲਕੁਲ ਛੋਟੇ ਛੋਟੇ ਚੱਲਦੇ ਆ ਅਤੇ ਜਿਹੜੇ ਆਪਾਂ ਰੋਡ 'ਤੇ ਜਾਂਦੇ ਨਾ ਇਹਨਾਂ ਨੇ ਦੇਖੋ ਵਿਚਾਲੜੇ ਪਾਸੇ ਕਿੰਨਾ ਥਾਂ ਛੱਡਿਆ ਵਾ ਸ਼ਾਇਦ ਤੁਹਾਨੂੰ ਮੋਬਾਈਲ ਦੇ ਵਿੱਚ ਉਵੇਂ ਨਾ ਪਤਾ ਲੱਗੇ ਅਤੇ ਥਾਂ ਬਣਾਇਆ ਵੀ ਦੇਖੋ ਇਹ ਡੂੰਘਾ ਏ ਅਤੇ ਇਦੂ ਪਰਲੇ ਪਾਸੇ ਰੋਡ ਆ ਦੋ ਲੈਣਾ ਪਰਲੇ ਪਾਸੇ ਆਉਣ ਵਾਲੇਗਾ ਅਤੇ ਆਪਣੀਆਂ ਦੋ ਲੈਣਾ ਬਈ ਜਾਣ ਵਾਲੀਆਂ ਅਤੇ ਵਿਚਾਲੇ ਬਹੁਤ ਖਾਲੀ ਥਾਂ ਛੱਡਿਆ ਹੋਇਆ ਵਾ ਇਹਨਾਂ ਦਾ ਅਤੇ ਕਰਕੇ ਵੀ ਇਹਨਾਂ ਨੇ ਡੂੰਘਾ ਛੱਡਿਆ ਵਾ ਕਾਰਨ ਇਹਦਾ ਇਹੀ ਆ ਜਦੋਂ ਬਲੈਕ ਆਈਸ ਬਣ ਜਾਂਦੀ ਆ ਰੋਡ ਦੇ ਉੱਤੇ ਜਦੋਂ ਟਰੱਕ ਸਕਿੱਡ ਕਰ ਗਿਆ ਸੱਜੇ ਪਾਸੇ ਤਾਂ ਚਲੋ ਨੀਵੇਂ ਥਾਂ ਜਾ ਕੇ ਖੜ ਜੂਗਾ ਠੀਕ ਆ ਪਰ ਜੇ ਬਰਾਬਰ ਦੋਨੇ ਰੋਡ ਬਣਾਏ ਹੋਣ ਖੱਬੇ ਪਾਸੇ ਨੂੰ ਟਰੱਕ ਜਾ ਵੜਿਆ ਆਮੋ ਸਾਹਮਣੇ ਟੱਕਰ ਹੋ ਜਾਂਦੀ ਆ ਬਈ ਅਤੇ ਜੇ 100 ਅਤੇ ਇੱਕ 110 ਦਾ ਰੋਡ ਆਏ 110 ਅਤੇ 110 220 ਦੀ ਸਪੀਡ ਲਾ ਲਓ ਠੀਕ ਆਮੋ ਸਾਹਮਣੇ ਟਰੱਕ ਵੱਜ ਗਏ ਬਈ 220 ਦੀ ਸਪੀਡ ਬਣ ਜਾਂਦੀ ਬੰਦੇ ਦਾ ਬਚਦਾ ਕੱਖ ਨਹੀਂ ਤਾਂ ਕਰਕੇ ਬਲੈਕ ਆਈਸ ਇਹ ਰੂਟਾਂ 'ਤੇ ਬਹੁਤ ਬਣਦੀ ਆ ਤਾਂ ਕਰਕੇ ਵਿਚਾਲੇ ਬਈ ਇਹਨਾਂ ਨੇ ਖਾਲੀ ਥਾਂ ਛੱਡਿਆ ਉਹ ਵੀ ਡੂੰਘਾ ਕਰਕੇ ਜਦੋਂ ਵੀ ਟਰੱਕ ਕੋਈ ਤਿਲਕ ਜੇ ਜਾਂ ਕੋਈ ਗੱਡੀ ਤਿਲਕ ਜੇ ਅਤੇ ਵਿਚਾਲੇ ਜਾ ਕੇ ਖੜ ਜੇ ਅਤੇ ਪਰਲੇ ਟਰੈਕ ਦੇ ਵਿੱਚ ਨਾ ਚੜ੍ਹੇ ਜਿਹੜੇ ਸਾਹਮਣੋਂ ਬੰਦੇ ਆਉਂਦੇ ਆ ਤਾਂ ਕਰਕੇ ਵੀ ਇਹਨਾਂ ਨੇ ਵਿਚਾਲੇ ਥਾਂ ਬਹੁਤ ਖਾਲੀ ਛੱਡਿਆ ਵਾ ਵਧੀਆ ਚੀਜ਼ ਹੈ ਯਾਰ ਅਤੇ ਨੁਕਸਾਨ ਉਹਨੂੰ ਬਚ ਜਾਂਦਾ ਜੇ ਜਾਂਦਾ ਜਾਂਦਾ ਟਰੱਕ ਤਿਲਕ ਵੀ ਗਿਆ ਕਿਉਂਕਿ ਇਹ ਰੋਡਾਂ 'ਤੇ ਟ੍ਰੈਫਿਕ ਬਹੁਤ ਘੱਟ ਆ ਦੇਖੋ ਟਮਾਟਰ ਲਈ ਤੁਹਾਨੂੰ ਵਹੀਕਲ ਨਾਲੀ ਮੇਨ ਹਾਈਵੇ ਇਹ ਹਾਈਵੇ ਬੰਨ ਆ ਜਿਹੜਾ ਇੱਕ ਪਾਸੇ ਸਰੀ ਤੋਂ ਲੈ ਕੇ ਅਤੇ ਕਨੇਡਾ ਦੇ ਦੂਜੇ ਪਾਸੇ ਜਾਂਦਾ ਹੈ ਨਾ ਅਤੇ ਪਰ ਇਹ ਹੈ ਥੋੜ੍ਹਾ ਟਾਈਮ ਇਹ ਖੁੱਲ੍ਹਾ ਆਉਂਦਾ ਉਦੋਂ ਬਾਅਦ ਬਿਣੀ ਪੈਕ ਤੋਂ ਬਾਅਦ ਫਿਰ ਸਿੰਗਲ ਰੋਡ ਹੋ ਜਾਂਦਾ ਜੰਗਲ ਜੁੰਗਲ ਚੱਲ ਪੈਂਦੇ ਆ ਅਤੇ ਪਰ ਇਹ ਅਲਵਾਟਾ ਹੋ ਗਿਆ ਮਨੀਟੋਬਾ ਸਕੈਚਵਨ ਏਰੀਆ ਹੋ ਗਿਆ ਇਹ ਖੁੱਲ੍ਹਾ ਇੱਥੇ ਤਾਂ ਕਰਕੇ ਤੁਹਾਨੂੰ ਖੁੱਲ੍ਹੇ ਖੁੱਲ੍ਹੇ ਖੇਤ ਦੇਖਣ ਨੂੰ ਮਿਲਦੇ ਆ ਅਤੇ ਰੋਡ ਵੀ ਖੁੱਲ੍ਹੇ ਖੁੱਲ੍ਹੇ ਤਾਂ ਦੇਖਣ ਨੂੰ ਮਿਲਦੇ ਆ ਅਤੇ ਇੰਨਾ ਏਰੀਆ ਹੈਗਾ ਅਤੇ ਬਾਕੀ ਵੀ ਵਧੀਆ ਸਿਸਟਮ ਲੱਗਿਆ ਅਤੇ ਬਾਕੀ ਜਿੰਨਾ ਬਾਈਆਂ ਨੇ ਬਾਈ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਕਨੇਡਾ ਦੀਆਂ ਬਾਈ ਜਾਣਕਾਰੀ ਵਾਲੀਆਂ ਵੀਡੀਓ ਮਿਲਦੀਆਂ ਰਹਿਣ ਅਤੇ ਬਾਕੀ ਜੇ ਵੀਡੀਓ ਬਾਈ ਤੁਹਾਨੂੰ ਵਧੀਆ ਵੀ ਲੱਗਦੀ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਅਤੇ ਬਾਕੀ ਅੱਗੇ ਬਾਈ ਕਰਦੇ ਹਾਂ ਗੱਲਬਾਤ ਜੇ ਕੋਈ ਗੱਲਬਾਤ ਹੋਈ ਹੋਰ ਅਤੇ ਦਿਨ ਵਧੀਆ ਲੱਗਿਆ ਯਾਰ ਇੱਧਰ ਕੁਛ ਖਾਸ ਫਿਰ ਦਿਖਾਉਣ ਨੂੰ ਵੀ ਨਹੀਂ ਰਹਿ ਜਾਂਦਾ ਕਿਉਂਕਿ ਇੱਕ 110 ਦੇ ਰੋਡ ਆ ਹੁਣ ਇੱਕ ਕਰੂਜ਼ ਲਾ ਕੇ ਚੌਂਕੜੀ ਮਾਰ ਕੇ ਬੈਠਣ ਵਾਲਾ ਕੰਮ ਇਸ ਟ੍ਰੇਨ ਨੂੰ ਫੜੀ ਬੈਠਿਆ ਨਾ ਵੀ ਮੋੜ ਕੱਟਣਾ ਨਾ ਵੀ ਹੋਰ ਅਤੇ ਬਾਕੀ ਜੇ ਕੋਈ ਦਿਖਾਉਣ ਵਾਲੀ ਗੱਲਬਾਤ ਹੋਈ ਤਾਂ ਆਪਾਂ ਇੱਧਰ ਨੂੰ ਹੋਰ ਦਿਖਾ ਦੇਣੀ ਹੈ ਅਤੇ ਆਪਾਂ ਚੱਲਿਆ ਵਿਨੀਪੈਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਅਤੇ ਕੈਲਗਰੀ ਆਪਾਂ ਟੱਪਿਆ ਏ ਕੈਲਗਰੀ ਟੱਪ ਕੇ ਅਤੇ 2 ਘੰਟੇ ਆਪਾਂ ਅੱਗੇ ਆ ਗਏ ਇੱਕ ਨਾ ਯਾਰ ਤੁਹਾਨੂੰ ਥਾਂ ਥਾਂ ਇੱਥੇ ਨਾ ਟ੍ਰੇਲਰ ਖੜ੍ਹੇ ਮਿਲ ਜਾਣਗੇ ਅਤੇ ਕਾਰਨ ਇਹਨਾਂ ਦਾ ਕੀ ਹੈਗਾ ਜਿਵੇਂ ਸੱਜੇ ਪਾਸੇ ਦੇਖੋ ਖੜ੍ਹਾ ਏ ਇਹ ਨਾ ਕੋਈ ਬਾਏ ਕਰਕੇ ਖੜਾ ਦਿੰਦਾ ਕੋਈ ਪੁਰਾਣਾ ਪੁਰਾਣਾ ਜਿਹੜਾ ਟ੍ਰੇਲਰ ਹੈਗਾ ਅਤੇ ਉਹਦੇ ਉੱਤੇ ਨਾ ਮੁੜ ਕੇ ਐਡ ਲਿਖਦੇ ਆ ਜਿੱਦਾਂ ਇਹ ਹੈਗੀ ਆ ਮੈਡ ਬੈਸਟ ਸਪਰੇ ਫੋਮ ਇਨਸੂਲੇਸ਼ਨ ਜਿਹੜੀ ਘਰਾਂ ਦੇ ਵਿੱਚ ਨਹੀਂ ਕੰਧਾਂ ਦੇ ਵਿੱਚ ਪੈਂਦੀ ਹੁੰਦੀ ਇਨਸੂਲੇਸ਼ਨ ਬਈ ਘਰ ਗਰਮ ਰਹਿਣ ਅਤੇ ਉਹਦੀ ਐਡ ਕੀਤੀ ਹੋਈ ਸੀਗੀ ਅਤੇ ਜਿਹਦਾ ਵੀ ਟ੍ਰੇਲਰ ਹੈਗਾ ਉਹ 1-2 ਮਹੀਨੇ ਜਿੰਨਾ ਟਾਈਮ ਵੀ ਕਿਸੇ ਬੰਦੇ ਨੇ ਐਡ ਚਲਾਉਣੀ ਨਾ ਉਨਾ ਟਾਈਮ ਇਹ ਐਡ 'ਤੇ ਲੱਗੀ ਰਹੂਗੀ ਮੁੜ ਕੇ ਜੇ ਕਿਸੇ ਹੋਰ ਨੇ ਲਵਾਉਣੀ ਹੋਈ ਤਾਂ ਹੋਰ ਇਹਦੇ ਕੁਛ ਉਹਨਾਂ ਨੇ ਪੇਂਟ ਕਰਕੇ ਲੈ ਦੇਣਾ ਜਾਂ ਬੈਨਰ ਬਣਾ ਕੇ ਲਾ ਦੇਣਾ ਕਿਉਂਕਿ ਥਾਂ ਥਾਂ 'ਤੇ ਬੋਰਡ ਤਾਂ ਲਾ ਨਹੀਂ ਸਕਦੇ ਹਨਾ ਇਹ ਕੋਈ ਪੁਰਾਣਾ ਸ਼ਰਾਣਾ ਜਾਂ ਟ੍ਰੇਲਰ ਲੱਭ ਕੇ ਨਾ ਇੱਦਾਂ ਖੜ੍ਹਾ ਕਰ ਦਿੰਦੇ ਅਤੇ ਉਹਦੇ ਉੱਤੇ ਆਪਦੀ ਐਡ ਲਿਖ ਦਿੰਦੇ ਆ ਅਤੇ ਜਿਹੜੇ ਬੰਦੇ ਨੂੰ ਇਹ ਕਰਾਉਣੀ ਆ ਉਸ ਹਿਸਾਬ ਨਾਲ ਇਹਨਾਂ ਦਾ ਫਿਰ ਆਪਦਾ ਮਹੀਨੇ ਦਾ ਜਿੱਦਾਂ ਵੀ ਹੈ ਨਾ ਰੈਂਟ ਆਏਗਾ ਜਾਂ 2 ਮਹੀਨੇ ਦਾ ਜਿੱਦਾਂ ਵੀ ਪੇਮੈਂਟ ਹੈਗੀ ਉਹ ਆਪਦਾ ਕਰ ਦਿੰਦੇ ਆ ਅਤੇ ਬਾਈ ਐਡ ਚਲਾ ਦਿੰਦੇ ਥਾਂ ਥਾਂ 'ਤੇ ਤੁਹਾਨੂੰ ਟ੍ਰੇਲਰ ਖੜ੍ਹੇ ਮਿਲਣਗੇ ਇਹ ਚਲੋ ਹੈ ਤਾਂ ਬੀ ਸੀ ਵਿੱਚ ਉੱਧਰ ਥਾਂ ਥੋੜ੍ਹਾ ਜਿਹਾ ਘੱਟ ਖੁੱਲ੍ਹਾ ਕਰਕੇ ਨਾ ਪ੍ਰੋਬਲਮ ਆਉਂਦੀ ਆ ਅਤੇ ਜਦੋਂ ਕੈਲਗਰੀ ਨੂੰ ਨੇ ਉਦੋਂ ਵੀ ਰਾਹ ਦੇ ਵਿੱਚ ਖੜ੍ਹੇ ਹੁੰਦੇ ਆ ਅਤੇ ਇੱਧਰ ਨੂੰ ਥਾਂ ਯਾਰ ਤੁਸੀਂ ਦੇਖ ਲਓ ਸੌਖਣਾ ਖੁੱਲ੍ਹਾ ਹੀ ਬਹੁਤ ਆ ਅਤੇ ਤਾਂ ਹੀ ਹਜਦੇ ਹੁੰਦੇ ਯਾਰ ਇਹ ਤਾਂ ਮੈਂ ਕਹਿੰਦਾ ਵੀ ਏਰੀਏ ਵਾਈਜ਼ ਮੈਨੂੰ ਲੱਗਦਾ ਵੀ ਦੂਜੇ ਨੰਬਰ 'ਤੇ ਕਨੇਡਾ ਸ਼ਾਇਦ ਵੱਡਾ ਬਾਕੀ ਬਈ ਪੱਕਾ ਨਹੀਂ ਸ਼ੋਰ ਮੈਨੂੰ ਲੱਗਦਾ ਵੀ ਸ਼ਾਇਦ ਬਾਕੀ ਸਰਚ ਮਾਰ ਲਿਓ ਕਿਉਂਕਿ ਏਰੀਆ ਯਾਰ ਇਹਨਾਂ ਕੋਲ ਖੁੱਲ੍ਹਾ ਹੀ ਬਹੁਤ ਪਿਆ ਰਿਹਾ ਦੂਰ ਦੂਰ ਤੱਕ ਨਾ ਵੀ ਬੰਦਾ ਨਾ ਜਿੱਦਾਂ ਆਪਾਂ ਮੰਨ ਕੇ ਚਲੋ ਖੇਤਾਂ ਵਿੱਚ ਕੰਮ ਕਰਦੇ ਹਾਂ ਹੈ ਨਾ ਅਤੇ ਆਮ ਹੀ ਮੁੱਢ 'ਤੇ ਕਈਆਂ ਕੂਹੀਆਂ ਚੱਕ ਕੇ
बंदे मिल जाने हूँ तो चलो उत्थे भी कम घट गए चीज़ है ना क्योंकि मच्छी मोटर आ गई तो बाकी पुराने बंदे अगे हुंदा सी मान के चलो कणक बीजनी कत्ता कहने कत्ता बीजना तो रात को ट्रैक्टर ट्रुक्टर चलते आम ही जीने होंगे जी हूँ तो सुपर सीडर वाला ट्रेंड जहा चल पाया तो समय के हिसाब न हर एक चीज़ बदलती रही है पर इतने तो भाई सू मिलना ही कोई नहीं जिन्ना भी काम हैगा सारा ट्रैक्टर तो लैना बस एक इन्होंने कणक बीज देनी है उदू बाद मैं लगता जी स्परे करते हो अपने भी हम तो चल पाया ट्रैक्टर से है ना फैट जी कर लगे इन्होंने को उदू भी वाडा जगाड़ बस एक दो बार इन्होंने स्परे करने रेह रूह पाने वाला तो मैं लगता इन्होंने काम ही है नहीं कोई ऑर्गेनिक जिनी होगी होगी तो बाकी करके भी बड़ा बहुत है दूर दूर तक तो बाकी इन्होंने ऐ है जिदा उच्चे नीवे बाहन है उदू ही भाई इन्होंने बीज देनी है तो वह भी सूँ दिखावे महीने के तक बीजा ला के ना हाँ सज्जे पास बड़ा वाला टावर लगे रहा पता नहीं कहता यही मोइला नहीं लगता मैं तारा तूर जी बड़िया पाई पे मैं राज ट्रेलर दो तीन खड़े मिले मैं चल वीडियो कैप्चर करते बाकी यार दूजी गल अपने बैंडशील्ड के शायद सुनो ये प्रॉब्लम करे आह जाते जाते ना बट्टी बज गई तो हम मैं लगता यार ये चेंज हजे करवाने की लड़ नहीं हैगी हूँ माड़ा जो थोड़ा डॉट देखा करो स्क्रीन के जे गांह पिछा कि लड़ पी फिर आप चेंज भी करवा लेंगे पर यह लड़ नहीं हैगी इन्ने कि स्केल वाले कुछ नहीं कहते छेती बाकी बई चलते हैं तो बाकी दूजी गल एक हो रही यार क्लैप व्डा हो जाना चलो गांह कर दें गल मैं यार स्पैशली रुकया मैं तुम्हें एक चीज़ दिखा दिए ओ देखो यार ट्रेन इन्नी ज़्यादा लंबी हैगी ना मेरा हम फुल जूम किया है तो शायद यार उन्नी क्लीयर ना दे क्योंकि खुले एरिए जी पता लगता भी ट्रेन कितनी लंबी है बहुत लंबी ट्रेन है यार ओ जाती पी देखो मूहरों देखे हो तो स्टार्ट हो यार हजे मुक्न ची नहीं आती वो ट्रेन हैगी है होए ठंड बहुत हुई पई है यार ठंड बहुत ज़्यादा हुई पई है तो इधरले पासे नूं मित्रों रह गया अपना विनीपैग इधरले पासे रह गया कैलगरी आह माड़ा पॉज करके पढ़ लो पता नहीं क्या हिस्टरी लिखी हुई यार द वर्ल्ड ऑर्डर कुछ लिखा हुआ वा देख लियो ये थले देखो बड़ी फोटो लाई है ये फोटो ही है भी कणक वध लगती करके ना इतने बाकी बई सू आह मैं वीडियो के दिखाने हूँ कि पानी इदा लगता है ना इतने तो वो सामने जोड़ा है वह बोर किया हो देखो तो वो सामने बोर किया हो ठीक है तो बोर किया हो इन्हें इतने ही खड़ा रहना या देखो नाल नाल जड़िया है ना न्योजल टंगिया भी आह तो ये न्योजल थोड़ा थोड़ा पानी छड़ी जाएगा तो वह टायर लगे हुए भी देखो इन्होंने टायर ने हौली हौली गांह तुरे होना बहुत लंबा सिस्टम हो तक हैगा सिस्टम तो इन्हें आए पूरा गेड़ा आए क्ढी जाना आया घूमी जाना है तो पर यह सैटिंग उस हिसाब ने की होंगी आ क्योंकि इतों इन्होंने घट घूमना होंगे क्योंकि उन्हें ज़्यादा पैंडा जिमें आप कह कवर करना होंगे तो इन्हों बिल्कुल थोड़ा थोड़ा पानी आऊगा तो जिमें जिमें सिरे न परले पासे जाई जाना पानी उधर ज़्यादा होंगे क्योंकि उन्हें ज़्यादा सर्कल कवर करना है तो इदा सिस्टम हैगा बई यहाँ मैं क्या दिखा दिए मैं खड़ा सी इतने आह सिस्टम देखो बोर लगे वा है ना फुहारे के नाल ही सारा इतने पानी लगता फसल जो कणक कुक होगी कई ही पल पुल जाए कई ज़्यादातर जो सिस्टम है इतना ही लाया जी तो मैं करने भी यार शीशे चेंज तो आह भी खुले ही रह गया माड़ा जहा तो ठंड बाली आ यार हाथ ठारन लग गया तो हम एन हाथ की बस हो गई माड़ा मैं चेक कर टायर उन्ना टाइम तो उत्तों नहीं गेड़ा आप कड लें तो वो जो ट्रक आए सारे बही आ कैलगरी वाले पास्यों तो बिनी पैग आपां नूं रह गया इत्थों मन के चलो अठ घंटे की बाट रह गई देखो भाई आता ट्रक वाला टायर की आवाज इन्नी आउंदी ना जो पिछे उतर के आने लाइटां ऑन करन वालियां अपनियां हो चलिया ठंड ही बड़ी है यार कमाल ही हो गई ट्रक के बच्चे ना बैठा पता नहीं लगता क्योंकि हीट चलती है अंदर तो जो बाहर निकल के देखा हूँ तो इन्नी ठंड आ पहला मैं कोटी पानी भुल गया तो जिमें मैं थले उतरिया तो नाल दी नाल भज के मैं मित्रा कोटी पा ला मुड़ के
ਘਰ ਦੇ ਨੇ ਕਹਿੰਦੇ ਮੂੰਹ ਟੱਡ ਕੇ ਪਿਆ ਰਹੇਗਾ, ਬਿਮਾਰ ਹੋ ਗਿਆ ਜੀ। ਦੇਖਿਆ ਬਈ ਸੈਂਡ ਖਿਲਾਰਦਾ ਜਾਂਦਾ ਨਾ ਨੂਨ, ਕਿਉਂਕਿ ਰਾਤ ਨੂੰ ਬਈ ਬਲੈਕ ਆਈਸ ਬਣਨੀ ਆ, 0 ਡਿਗਰੀ ਟੈਂਪਰੇਚਰ ਹੋ ਗਿਆ। ਦੇਖੋ ਖੱਬੀ ਲੈਣ 'ਚ ਧੂੜ ਆ ਜਾਂਦਾ ਨਾ, ਉਹਦੇ ਭਮੀਰੀ ਘਾਉਂਦੀ ਇਹ ਬੜੀ ਸੋਹਣੀ ਲੱਗਦੀ ਯਾਰ। ਅਤੇ ਇਹ ਖਿਲਾਰਦੇ ਫਿਰਦੇ ਆ ਕਿਉਂਕਿ ਬਲੈਕ ਆਈਸ ਰਾਤ ਨੂੰ ਬਣਨੀ ਆ, ਥੋੜ੍ਹਾ ਥੋੜ੍ਹਾ ਪਾਣੀ ਆ ਅਤੇ ਟੈਂਪਰੇਚਰ ਮਾਈਨਸ ਵਿੱਚ ਹੋ ਗਿਆ ਬਈ, ਤਾਂ ਕਰਕੇ ਬਾਈ ਹੁਣੀ ਪਹਿਲੀ ਸੇਫਟੀ ਵਰਤੀ ਜਾਂਦੇ ਆ। ਲੈ ਵੀ ਸੱਜਣੋ ਸ਼ਹਿਰ ਆ ਗਏ ਬਈ ਆਪਾਂ, ਸਵਿਫਟ ਕਰੰਟ ਮਿਨੀ ਪੈਗ ਤੋਂ ਪਹਿਲਾਂ ਪੈਂਦਾ ਏ। ਤੁਹਾਨੂੰ ਬਈ ਚੀਜ਼ ਦਿਖਾਉਣੀ ਆ, ਇੱਕ ਜੇ ਆਪਣਾ ਟਰੱਕ ਇੱਧਰ ਨੂੰ ਘੁੰਮ ਗਿਆ ਨਾ, ਪੰਪ ਦੇ ਇੱਥੇ ਇੱਕ ਚੀਜ਼ ਖੜੀ ਆ ਅਤੇ ਮੈਂ ਕਿਹਾ ਤੁਹਾਨੂੰ ਦਿਖਾਉਣੇ ਆ ਮਾੜਾ ਜਿਹਾ। ਅਤੇ ਚੀਜ਼ ਕੀ ਹੈਗੀ ਆ ਬਈ, ਸੰਦ ਦਿਖਾਉਣੇ ਆ, ਤਵੰਗਾ ਦਿਖਾਉਣੇ ਆ ਅਤੇ ਕਣਕ ਬੀਜਣ ਵਾਲਾ ਪ੍ਰੋਜੈਕਟ ਦਿਖਾਉਣੇ ਆ। ਮੈਂ ਕਿਹਾ ਦਿਖਾ ਦੇਈਏ ਇੱਧਰ ਨੂੰ ਟਰੱਕ ਚਾੜ ਕੇ, ਜਾੜਾ ਤਾਂ ਆਪਾਂ ਪਰਲੇ ਪਾਸੇ ਨੂੰ ਵੀ ਆ, ਉਹ ਕਿਵੇਂ ਬਾਈ ਹੁਣ ਟੇਢਾ ਜਿਹਾ ਕਰੀ ਖੜਿਆ। ਆਹ ਦੇਖੋ ਬਈ ਜਿਹੜਾ ਸਾਹਮਣੇ ਖੜੇ ਨਾ, ਇੱਕ ਪਾਸੇ ਤਾਂ ਖੜੀਆਂ 2 ਤਵੀਆਂ, ਠੀਕ ਆ, ਤਵੀਆਂ ਦਾ ਤੁਹਾਨੂੰ ਪਤਾ ਹੀ ਲੱਗ ਗਿਆ ਨਾ, ਨੀਲੀ ਅਤੇ ਹਰੀ ਤਵੀ ਆ, ਅਤੇ ਇੱਕ ਜਿਹੜਾ ਹਰੇ ਪਾਸੇ ਖੜਾ ਜਿਗਾੜ, ਇਹ ਬਈ ਹੈਗਾ ਕਣਕ ਬੀਜਣ ਵਾਲਾ। ਤਵੀਆਂ ਦਾ ਤੁਸੀਂ ਦੇਖ ਲਿਓ ਫੋਲਡ ਵਾਲੀਆਂ ਤਵੀਆਂ ਰਾ, ਦੇਖੋ ਕਿੱਡੇ ਕਿੱਡੇ ਟਾਇਰ ਲੱਗੇ ਵੇ ਆ, ਅਤੇ ਤਵੀਆਂ ਫੋਲਡ ਕੀਤੀਆਂ, ਪਤਾ ਹੀ ਨਹੀਂ ਕਿੰਨੇ ਤਵੇ ਹੈਗੇ ਆ ਅਤੇ ਕਿੰਨੇ ਫੁੱਟ ਥਾਂ ਕੱਢ ਕੇ ਲੈ ਕੇ ਜਾਂਦਾ ਉਹਨਾਂ ਨਾ। ਅਤੇ ਜਿਹੜਾ ਬਈ ਆਹ ਹਰੇ ਵਾਲਾ ਜਿਗਾੜ ਹੈਗਾ ਏ, ਇਹ ਹੁੰਦਾ ਕਣਕ ਬੀਜਣ ਵਾਲਾ, ਇਹ ਵੀ ਫੋਲਡ ਕੀਤਾ ਹੋਇਆ ਵਾ, ਫੋਲਡ ਕਰਕੇ ਇਹਨੇ ਖੁੱਲ੍ਹ ਜਾਣਾ ਅਤੇ ਪਿੱਛੇ ਨਾ ਇਹਦੇ ਬਹੁਤ ਵੱਡੀ ਇੱਕ ਟੈਂਕੀ ਜੀ ਪੈ ਜਾਂਦੀ ਹੁੰਦੀ ਆ, ਜਿਹਦੇ ਵਿੱਚ ਬੀ ਬੂ ਹੁੰਦਾ ਹੈ, ਇਹਨੇ ਮਗਰ ਹੁੱਕ ਹੁੰਦੀ ਆ ਟੈਂਕੀ, ਅਤੇ ਉਹਦੇ ਵਿੱਚ ਬੀ ਹੁੰਦਾ, ਅਤੇ ਇਹਨੇ ਇਕੱਲਾ ਹਾਈਡਰੋਲਿਕ ਹੀ ਆ, ਇਕੱਲਾ ਇਹਨੇ ਆਹ ਹੁੱਕ ਫਸ ਜਾਂਦੀ ਆ ਅਤੇ ਇਹ ਬੀਜ ਬਜਗੇ ਵਾਲਾ ਹੈਗਾ। ਅਤੇ ਮੈਨੂੰ ਵਾਲੇ ਹੀ ਕੱਢੀ ਜਾਂਦੇ ਹੋ ਟਰੱਕ ਵਾਲੇ, ਕਹਿੰਦੇ ਕਿਵੇਂ ਟੇਢਾ ਜਿਹਾ ਕਰਕੇ ਖੜ੍ਹ ਗਿਆ, ਇੱਧਰ ਹੀ ਚੱਲ ਪਾਉਣਾ। ਮੈਂ ਤੁਹਾਨੂੰ ਮਾੜਾ ਦਿਖਾ ਦਈਏ, ਇੱਦਾਂ ਦਾ ਸਿਸਟਮ ਆ ਬਈ, ਦੇਖ ਲਓ ਸਾਰਾ ਐਡਾ ਵੱਡਾ ਪ੍ਰੋਜੈਕਟ ਆ, ਇੱਥੇ ਖੜ੍ਹਾ ਸੀ ਮੈਂ ਕਿਹਾ ਚੱਲ ਦਿਖਾਉਣੇ ਆ ਤੁਹਾਨੂੰ। ਅਤੇ ਮੌਸਮ ਮਿੱਤਰ ਹੋਇਆ ਵਾ ਖਰਾਬ, ਅਤੇ ਆਪਾਂ ਪੰਪ 'ਤੇ ਜਾ ਕੇ ਰੁਕਣਾ ਯਾਰ। ਅਤੇ ਸਨੋਹ ਦੇਖੋ ਫਿਰਦੀ ਆ ਸੜਕ 'ਤੇ ਉੱਡੀ, ਅਤੇ ਜਿੱਦਾਂ ਆਪਣੀ ਕਣਕ ਪੱਕੀ ਹੁੰਦੀ ਆ ਅਤੇ ਕਹਿੰਦੇ ਹੁੰਦੇ ਅੱਗ 'ਤੇ ਜਵਾਨੀ ਆਈ ਵੀ ਆ, ਅਤੇ ਉਦੀ ਬਈ ਸਿਆਲਾਂ ਦੇ ਵਿੱਚ ਨਾ ਕਨੇਡਾ ਦੇ ਵਿੱਚ ਸਨੋਹ 'ਤੇ ਜਵਾਨੀ ਆਈ, ਵਿਆਹ ਦਿਨਾਂ ਦੇ ਵਿੱਚ ਪੂਰੀ ਐਨ। ਆਪਾਂ ਰੁਕਣਾ ਹੈਗਾ ਉਹ ਪੰਪ 'ਤੇ, ਫਾਊਂਟੇਨ ਟਾਇਰ ਵਾਲੇ ਆ ਗਏ, ਕਹਿੰਦੇ ਫਾਊਂਟੇਨ ਟਾਇਰ ਵਾਲੇ ਬੈਲਟ ਮੈਂ ਲੱਗੀ ਨਹੀਂ ਯਾਰ, ਮੈਂ ਕਿਹਾ ਇੱਥੇ ਜਾਣਾ ਇਹ ਲੋਕਲ ਸੜਕ ਆ, ਖੱਬੇ ਪਾਸੇ ਵੱਡਾ ਹਾਈਵੇ ਚੱਲਦਾ, ਹਾਈਵੇ ਨੰਬਰ 1 ਅਤੇ ਥੱਲੇ ਐਨ ਪੂਰੀ ਸਲਿਪਰੀ ਹੋਈ ਵੀ ਆ, ਅਤੇ ਆਪਾਂ ਨੂੰ ਦੇਣੀ ਇੱਥੋਂ ਪਾਰਕਿੰਗ ਮਿਲ ਗਈ ਨਹੀਂ, ਫਿਰ ਰੱਖਣੀ ਉਸੇ ਟਰੱਕ, ਆਪਾਂ ਨੂੰ ਦੁਬਾਰਾ ਜਾਣਾ ਪੈਣਾ, ਕਿਉਂਕਿ ਇਹ ਪੰਪ ਜਿਹੜਾ ਹੈਗਾ ਨਾ 24 ਘੰਟੇ ਬਈ ਖੁੱਲ੍ਹਾ ਰਹਿੰਦਾ, ਐਸੋ ਦਾ ਪੰਪ ਆ ਸਵਿਫਟ ਗ੍ਰਾਂਟ ਦੇ ਵਿੱਚ। ਅਤੇ ਮੈਨੂੰ ਲੱਗਦਾ ਵੀ ਪਾਰਕਿੰਗ ਮਿਲਣੀ ਚਾਹੀਦੀ ਹੈ, ਬਾਕੀ ਦੇਖਦੇ ਜਾ ਕੇ ਕੀ ਕਹਿੰਦਾ, ਇਹ ਪਾਰਕਿੰਗਾਂ ਕਿੱਥੇ ਇਹਦੀਆਂ ਟਰੱਕਾਂ ਦੀਆਂ। ਅਤੇ ਆਹ ਦੇਖੋ ਪਾਇਆ ਹੋਇਆ ਬਾਈ ਦੇ ਮਗਰ ਟ੍ਰੇਲਰ, ਅਤੇ ਮਗਰ ਉਹ ਟਰਾਲੀ ਪਾਈ ਹੋਈ ਹੈ, ਇਹਦੇ ਮਗਰ ਇੱਕ ਹੋਰ ਟ੍ਰੇਲਰ ਹੁੱਕ ਕਰ ਦਿੰਦਾ, ਅਤੇ ਆਪਾਂ ਦੇਖਦੇ ਜੇ ਪਾਰਕਿੰਗ ਮਿਲ ਗਈ ਯਾਰ, ਕਿੱਥੇ ਜੇ ਮਿਲਦੀ ਆ, ਆਹ ਸਾਰੀ ਪਾਰਕਿੰਗ ਵਾਲੀ ਲੱਗਦੀ ਮੈਨੂੰ ਪਾਈ ਹੋਈ। ਬਾਈ ਕਿੱਦਾਂ
ਪੁੱਤਰ ਨੂੰ ਲੈ ਕੇ ਆਉਣਾ ਤੁਸੀਂ ਬਾਈ ਨੇ ਬੈ ਕਰਕੇ ਲਾਉਣਾ ਆਪਣਾ ਇਰਾਦਾ ਹੈਗਾ ਆਪਾਂ ਸਿੱਧਾ ਹੀ ਲਾ ਦਿੰਦੇ ਹਾਂ ਤੜਕੇ ਨੂੰ ਸਿੱਧਾ ਬੈ ਕਰਕੇ ਕੱਢ ਲਾਂਗੇ ਕੀ ਖਿਆਲ ਆ ਇਹਨੂੰ ਬਾਈ ਨੂੰ ਲਾ ਲੈਣ ਦਿਓ ਅਤੇ ਫਿਰ ਆਪਾਂ ਲਾਉਂਦੇ ਹਾਂ